ਸਾਸਿਕਾਲ ਤੁਸੀਂ ਦੇਖ ਰਹੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਤਰਸੇਮ ਸਿੰਘ ਮਠਾੜੂ ਦੇ ਨਾਲ ਗੱਲ ਕਰਾਂਗੇ ਭਾਰਤ ਦੇ ਪੰਜਾਬ ਸੂਬੇ ਦੀਆਂ ਅੱਜ ਦੁਪਹਿਰ ਦੀਆਂ ਅਹਿਮ ਖਬਰਾਂ ਦੀ ਤੇ ਖਬਰਾਂ ਵਿੱਚੋਂ ਪਹਿਲੀ ਖਬਰ ਤੇ ਨਜ਼ਰ ਮਾਰਦਿਆਂ ਕਿਰਪਾ ਕਰਕੇ ਖਬਰਾਂ ਨੂੰ ਵਾਤੋ-ਵਾਦ ਦਾ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਬਹੁਤ ਹੀ ਧੰਨਵਾਦ ਹੋਵੇਗਾ ਇਸੇ ਦੇ ਨਾਲ ਹੀ ਪਹਿਲੀ ਖਬਰ ਦੀ ਗੱਲਬਾਤ ਕਰਦੇ ਆ ਕਿ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖਬਰ ਕੇਂਦਰ ਸਰਕਾਰ ਨੇ ਪੈਨਸ਼ਨ ਸੰਬੰਧੀ ਕੀਤਾ ਇਹ ਐਲਾਨ ਅਮਲਾ ਲੋਕਾਂ ਕੋਲ ਸ਼ਿਕਾਇਤ ਤੇ ਪੈਨਸ਼ਨ ਵਿਭਾਗ ਨੇ ਰਾਸ਼ਟਰੀ ਪੈਨਸ਼ਨ ਯੋਜਨਾ ਐਨਪੀਐਸ ਤਹਿਤ ਹੋਣ ਵਾਲੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਦੇ ਮਾਮਲਿਆਂ ਨੂੰ ਨਿਯਮਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਵੱਡੀ سہولت ਦਿੱਤੀ ਹੈ। ਕੇਂਦਰ ਸਰਕਾਰ ਦੇ ਯੋਗਤਾ ਪੂਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਮੁਲਾਜ਼ਮਾਂ ਨੂੰ ਨੈਸ਼ਨਲ ਪੈਨਸ਼ਨ ਸਿਸਟਮ ਐਨਪੀਐਸ ਨੂੰ ਛੱਡ ਕੇ ਪੁਰਾਣੀ ਪੈਨਸ਼ਨ ਸਕੀਮ ਓਪੀਐਸ ਦਾ ਲਾਭ ਲੈਣ ਦੀ ਛੋੜ ਦਿੱਤੀ ਗਈ ਹੈ। ਇਸ ਦਾ ਫਾਇਦਾ ਹੁਣ 31 ਮਈ 2021 ਤੱਕ ਉਠਾਇਆ ਜਾ ਸਕਦੇ ਤੇ ਯੋਗ ਮੁਲਾਜ਼ਮਾ ਨੂੰ ਪੁਰਾਣੀ ਪੈਨਸ਼ਨ ਸਕੀਮ ਦਾ ਲਾਭ ਲੈ ਲੈ 5 ਮਈ 2021 ਤੱਕ ਅਪਲਾਈ ਕਰਨਾ ਹੋਵੇਗਾ ਤੇ ਅਪਲਾਈ ਨਾ ਕਰਨ ਵਾਲੇ ਸਰਕਾਰੀ ਮੁਲਾਜ਼ਮਾ ਨੂੰ ਨੈਸ਼ਨਲ ਪੈਨਸ਼ਨ ਸਿਸਟਮ ਦੀ ਵਿਵਸਥਾ ਤਹਿਤ ਫਾਇਦਾ ਮਿਲਦਾ ਰਹੇਗਾ ਕੇਂਦਰ ਸਰਕਾਰ ਨੇ ਪੰਜਾਬ ਚ ਕਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਤੇ ਲਿਆ ਅਹਿਮ ਫੈਸਲਾ ਪੰਜਾਬ ਵਿੱਚ April ਮਹੀਨੇ ਚੜਦੇ ਹੀ ਕੋਰੋਨਾ ਦਾ ਕਹਿਰ ਹੋਰ ਵਧ ਗਿਆ ਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ ਤੇ ਰਿਪੋਰਟ ਦੇ ਮੁਤਾਬਕ 60 ਹੋਰ ਵਿਅਕਤੀਆਂ ਦੀ ਮੌਤ ਇਸ ਵੇਲੇ ਹੋ ਗਈ ਹੈ ਤੇ ਦੌਰਾਨ 3187 ਹੋਰ ਮਾਲਸੱਜਰੇ ਮਾਮਲੇ ਸਾਹਮਣੇ ਆਏ ਨੇ ਸਿਹਤ ਵਿਭਾਗ ਵੱਲੋਂ ਜਾਰੀ ਮੈਡੀਕਲ ਬਲਟਨ ਮੁਤਾਬਕ ਹੁਣ ਸੇਧياب ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਮੌਤ ਦੇ ਤਾਜ਼ਾ ਅੰਕੜਾ ਮੁਤਾਬਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਹੈ 11 ਜਲੰਧਰ ਚ ਜਲੰਧਰ ਤੇ ਹੁਸ਼ਿਆਰਪੁਰ ਵਿੱਚ 9-9 ਅਤੇ ਲੁਧਿਆਣਾ ਤੇ ਵਿੱਚ ਅੱਠ ਦੇ ਮਹਾਲੀ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ 4-4 ਮੌਤਾਂ ਹੋਈਆਂ ਨੇ ਤੇ ਪੋਜ਼ਿਟਿਵ ਮਾਮਲੇ ਸਭ ਤੋਂ ਵੱਧ 416 ਜਲੰਧਰ ਤੋਂ ਆਏ ਨੇ ਤਾਂ ਕਰੋਨਾ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਕਰੋਨਾ ਵਜh ਤੋਂ ਬਚਾ ਲੈ ਟੀਕੇ ਲਗਾਉਣ ਦਾ ਘੇਰਾ ਵਧਾਉਣ ਦੇ ਨਾਲ ਹੀ ਕੇਂਦਰ ਸਰਕਾਰ ਨੇ ਫੈਸਲਾ ਲਿਆ ਕਿ ਗੈਜਟ ਛੁੱਟੀਆਂ ਸਮੇਤ ਪੂਰੇ ਅਪ੍ਰੈਲ ਮਹੀਨੇ 'ਚ ਸਰਕਾਰੀ ਅਤੇ ਪ੍ਰਾਈਵੇਟ ਕੋਵਿਡ-19 ਵੈਕਸੀਨੇਸ਼ਨ ਕੇਂਦਰ ਖੁੱਲੇ ਰਹਿਣਗੇ ਤੇ ਲੋਕਾਂ ਨੂੰ ਕਰੋਨਾ ਦੇ ਬਚਾ ਦੇ ਟੀਕੇ ਲਗਾਏ ਜਾਣਗੇ ਅਗਲੀ ਖਬਰ ਦੀ ਗੱਲਬਾਤ ਕਰਦੇ ਹਾਂ ਕਿ ਪੰਜਾਬ ਸਰਕਾਰ ਨੇ ਐਲਾਨਿਆ ਕਣਕ ਖਰੀਦਣ ਦਾ ਪਲਾਨ ਹੁਣ ਇੰਜ ਖਰੀਦੀ ਜਾਵੇਗੀ ਮੰਡੀਆਂ 'ਚ ਫਸਲ ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਦੇ ਕੇਂਦਰ ਸਰਕਾਰ ਆਮੋ ਸਾਹਮਣੇ ਨੇ ਤੇ ਦੂਜੇ ਪਾਸੇ ਕਰੋਨਾ ਦੇ ਵਾਧੇ ਕਹਿ ਦੇ ਦਲੀਲ ਦੇ ਕੇ ਕਣਕ ਦੀ ਖਰੀਦ ਇਸ ਵਾਰ 10 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਤੇ ਅਜੇ ਇਹ ਸਭ ਵਿੱਚ ਕਿਸਾਨ ਫਿਕਰਮੰਦ ਨੇ ਤਾਂ ਹੁਣ ਪੰਜਾਬ ਸਰਕਾਰ ਨੇ ਦਾਵਾ ਕੀਤਾ ਕਿ ਕਣਕ ਦਾ ਦਾਣਾ-ਦਾਣਾ ਖਰੀਦਾ ਜਾਵੇਗਾ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਬਾਰੇ ਆਪਣਾ ਪਲਾਨ ਐਲਾਨ ਦਿੱਤਾ ਇਸ ਮੁਤਾਬਕ ਹੈ ਕਿ ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਕਣਕ ਦੀ ਖਰੀਦ ਲਈ 3972 ਖਰੀਦ ਕੇਂਦਰ ਬਣਾਏ ਗਏ ਨੇ ਜਿਨ੍ਹਾਂ ਵਿੱਚ 10 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਵੇਗੀ ਇਸ ਵਾਰ ਵੀ ਆਰਤੀਆਂ ਰਾਹੀਂ ਕਿਸਾਨਾਂ ਨੂੰ ਪ੍ਰਤੀ ਟਰਾਲੀ ਦੇ ਹਿਸਾਬ ਨਾਲ ਕੋਪਨ ਮਹਈਆ ਕਰਵਾਏ ਜਾਣਗੇ ਤਾਂ ਕੋਪਨ ਦੀ ਮਿਆਦ 1 ਦਿਨ ਦੀ ਹੋਵੇਗੀ ਪੰਜਾਬ ਵਿੱਚ ਇਸ ਸਾਲ 170 ਲੱਖ ਮੈਟ੍ਰਿਕ ਟਨ ਕਣਕ ਦੀ ਪੈਦਾਵਾਰ ਹੋਣ ਦਾ ਅਨੁਮਾਨ ਹੈ ਜਿਸ ਵਿੱਚੋਂ 130 ਲੱਖ ਮੈਟ੍ਰਿਕ ਟਨ ਮੰਡੀਆਂ ਵਿੱਚ ਪਹੁੰਚਣ ਦੀ ਸੰਭਾਵਨਾ ਤੇ ਕਿਸਾਨਾਂ ਨੂੰ ਇਸ ਵਾਰ ਆਪਣੀ ਫਸਲ ਮੰਡੀਆਂ ਵਿੱਚ ਲਿਆਉਣ ਲਈ ਆਰਤੀਆਂ ਰਾਹੀਂ 17.39 ਲੱਖ ਪਾਸ ਜਾਰੀ ਕੀਤੇ ਗਏ ਨੇ ਕਿਸਾਨੀ ਸੰਘਾਸ਼ ਨੂੰ ਠਾਲ ਲਾਉਣ ਲਈ ਕੇਂਦਰ ਦਾ ਨਵਾਂ ਪੈਧਾ ਪੰਜਾਬ ਸਰਕਾਰ ਨੂੰ ਲੇਖੀ ਗੋਪਤ ਚਿੱਠੀ ਨੇ ਉਡਾਏ ਹੋਸ਼ ਖੇਤੀ ਕਰੋਨਾ ਖਿਲਾਫ ਕਿਸਾਨ ਪਿਛਲੇ 4.5 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਨੇ ਤਾਂ ਜਇਹੇ ਵਿੱਚ ਕਈ ਦੌਰ ਦੀ ਗੱਲਬਾਤ ਮਗਰੋਂ ਵੀ ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਕਿਸੇ ਤਰ੍ਹਾਂ ਦੀ ਸਹਿਮਤੀ ਨਹੀਂ ਬਣੀ ਸਰਕਾਰ ਵੱਲੋਂ ਕਈ ਹੱਥਕੰੜੇ ਅਪਣਾਉਣ ਮਗਰੋਂ ਵੀ ਕਿਸਾਨ ਅੰਦੋਲਨ ਚ ਪੂਰੀ ਤਰ੍ਹਾਂ ਡਟੇ ਹੋਏ ਨੇ ਤਾਂ ਜਇਹੇ ਚ ਹੁਣ ਕੇਂਦਰ ਨੇ ਕਿਸਾਨੀ ਸੰਘਾਸ਼ ਨੂੰ ਠੱਲਣ ਲਈ ਹੋਣਾ ਨਵੀਂ ਤਰਕੀਬ ਸੋਚੀ ਜਾਪਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਕਿਸਾਨਾਂ ਤੇ ਗੰਭੀਰ ਇਲਜ਼ਾਮ ਲਾਇਏ ਨੇ ਕਿ ਦਰਸਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੂੰ ਇੱਕ ਚਿੱਠੀ ਜਾਰੀ ਕੀਤੀ ਐਸ ਚਿੱਠੀ ਦੀ ਭਾਸ਼ਾ ਪੱਲੇ ਪਾਤੇ ਕਿਸਾਨਵਰ ਦੀ ਜਾਪ ਰਹੀ ਹੈ ਦਰਸਲ ਜੱਠੀ ਤੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਹਾਅ ਤੇ ਉਤਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਨਸ਼ੇ ਦਾ ਆਦੀ ਬੰਦਕ ਬਣਾਉਣ ਮਗਰੋਂ ਬੰਦੂਆਂ ਮਜ਼ਦੂਰ بنائے ਜਾਂਦੀ ਗੱਲ ਆਖੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਨੂੰ ਇਸ ਮਾਮਲੇ ਤੇ ਇੱਕ ਟਹਿਰੇ ਵਿੱਚ ਲਿਆਖੜਾ ਕੀਤਾ ਹੈ ਮੀਡੀਆ ਰਿਪੋਰਟਾਂ ਮੁਤਾਬਕ ਬੀਐਸਐਫ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਇਹ ਸੂਚਨਾ ਦਿੱਤੀ ਹੈ ਕਿ ਬੀਐਸਐਫ ਨੇ 2019 2020 ਦੌਰਾਨ ਸਰਹੱਦੀ ਲਾਗੇ ਗੁਰਦਾਸਪੁਰ ਅਮਰਸਰ ਫੋਜੀਪਾਤ ਤੇ ਬੋਰਵਚਾ 58 ਭਾਰਤੀ ਨਾਗਰਿਕ ਗ੍ਰਿਫਤਾਰ ਕੀਤੇ ਨੇ ਪਟਵਾਰੀਆਂ ਦੀਆਂ 1152 ਅਸਾਮੀਆਂ ਦੀ ਭਰਤੀ ਲਈ ਪ੍ਰੀਖਿਆ ਮੁਲਤਵੀ ਜੀਹਾਂ ਦੋਸਤੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 2 ਮਈ ਨੂੰ ਮਾਲ ਪਟਵਾਰੀਆਂ ਦੀਆਂ 1152 ਅਸਾਮੀਆਂ ਦੀ ਭਰਤੀ ਲਈ ਕਰਵਾਈ ਜਾਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਕਰੋਨਾ ਕਾਰਨ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ ਫਿਲਹਾਲ ਇਹ ਨਹੀਂ ਦੱਸਿਆ ਗਿਆ ਕਿ ਹੁਣ ਪ੍ਰੀਖਿਆ ਕਰਦੂਗਾ ਤੇ ਕਿਸ ਤਰੀਕ ਨੂੰ ਕਰਵਾਈ ਜਾਵੇਗੀ ਪ੍ਰੀਖਿਆ ਲਈ ਨਵੀਂ ਤਾਰੀਖ ਬਾਅਦ ਵਿੱਚ ਐਲਾਨ ਕੀਤੀ ਜਾਵੇਗੀ ਇਸ ਲਈ ਜਿਹੜੀ ਕਰੋਨਾ ਦੇ ਕਰਕੇ ਪਟਵਾਰੀਆਂ ਦੀ ਭਰਤੀ ਲਈ ਜਿਹੜੀ ਪ੍ਰੀਖਿਆ ਹੋਣੀ ਸੀ ਉਹ ਇੱਕ ਵਾਰ ਮੁਲਤਵੀ ਕਰ ਦਿੱਤੀ ਗਈ ਹੈ ਤਕੈਤ ਖਿਲਾਫ ਅਦਾਲਤ ਵਿੱਚ ਕਿਸ ਦਰਜ ਕਿਸਾਨ ਨੇਤਾਵਰਦ ਏ ਇਲਜ਼ਾਮ ਬਿਹਾਰ ਦੇ ਮੁਜਫਰਪੁਰ ਜ਼ਿਲ੍ਹੇ ਦੀ ਅਦਾਲਤ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਤਕੈਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਸ਼ਿਕਾਇਤਕਰਤਾ ਨੇ ਤਕੈਤ ਉੱਪਰ ਲੋਕਾਂ ਨੂੰ ਭੜਕਾਉਣ ਤੇ ਦੰਗਾ ਕਰਨ ਲਈ ਨੁਕਸਾਨ ਦਾ ਇਲਜ਼ਾਮ ਲਾਉਣਾ ਸ਼ਿਕਾਇਤ ਦਰਜ ਕਰਵਾਈ ਹੈ ਰਾਕੇਸ਼ ਤਕੈਤ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਵਾਲੇ ਸੁਧੀਰ ਕੁਮਾਰ ਉਜ਼ਾ ਨੇ ਵੀਰਵਾਰ ਨੂੰ ਕਿਹਾ ਕਿ ਆਈਪੀਸੀ ਦੀਆਂ ਵੱਖ-ਵੱਖ ਧਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਹਨਾਂ ਦਾਸ ਕਿ ਤਕੈਤ ਨੇ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਵਿੱਚ ਕੀਤੀ ਕਿਸਾਨ ਮਹਾਪੰਚਾਇਤ ਵਿੱਚ ਕਿਸਾਨਾਂ ਦੀ ਗੱਲ ਨਾ ਸੁਣਨ ਤੇ 16 ਸੂਬਿਆਂ ਦੀ ਬਿਜਲੀ ਕੱਟਣ ਦੀ ਧਮਕੀ ਦਿੱਤੀ ਸੀ ਜੋ ਵਕਫਾ ਅਖਬਾਰਾਂ ਵਿੱਚ ਵੀ ਛਾਪੀ ਸੀ ਤਾਂ ਸ਼ਿਕਾਇਤ ਕਰਤਾ ਜੋ ਪੇਛੇ ਵੱਜੋ ਵਕੀਲ ਹੈ ਮੁਤਾਬਕ ਅਖਬਾਰਾਂ ਵਿੱਚ ਅਜਿਹੀਆਂ ਖਬਰਾਂ ਦੇਖ ਕੇ ਉਹਨਾਂ ਟਕੈਤ ਖਿਲਾਫ ਕੇਸ ਕਰਨ ਦਾ ਫੈਸਲਾ ਕੀਤਾ ਕਿਉਂਕਿ ਉਸ ਨੂੰ ਕਿਸਾਨ ਆਗੂ ਦਾ ਬਿਆਨ ਭੜਕਾਉ ਲੱਗਿਆ ਅਗਲੀ ਖਬਰ ਦੀ ਗੱਲਬਾਤ ਕਰਦੇ ਕਿ ਕਿਸਾਨ ਜਥੇਬੰਦੀਆਂ ਦਾ ਯੂਟਰਨ ਲੱਖਸਧਾਨਾ ਤੇ ਉਸ ਸਾਥੀਆਂ ਨੂੰ ਮਰ ਸੋਪੀ ਅੰਦੋਲਨ ਦੀ ਕਮਾਨ ਲਾਲ ਕਿਲੇ ਦੀ ਘਟਨਾ ਮਗਰ ਰੁਪੋਸ਼ ਹੋਇਆ ਲੱਖਾ ਸਦਾਨਾ ਮੁਰ ਕਿਸਾਨ ਅੰਦੋਲਨ ਵਿੱਚ ਡਟ ਗਿਆ ਸੰਯੁਕਤ ਕਿਸਾਨ ਮੋਰਚੇ ਨੇ ਲੱਖਾ ਸਦਾਨਾ ਤੇ ਉਸਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਬੁਲਾ ਲਿਆ ਤੇ ਲਾਲ ਕਿਲੇ ਦੀ ਘਟਨਾ ਮਗਰ ਕਿਸਾਨ ਜਥੇਬੰਦੀਆਂ ਨੇ ਲੱਖਾ ਸਦਾਨਾ ਤੋਂ ਪਾਸਾ ਵਟ ਲਿਆ ਜਿਸ ਕਰਕੇ ਨੌਜਵਾਨਾਂ ਵਿੱਚ ਕਾਫੀ ਨਿਰਾਸ਼ਾ ਸੀ ਇਸ ਕਰਕੇ ਕਿਸਾਨ ਜਥੇਬੰਦੀਆਂ ਦੀ ਆਲੋਚਨਾ ਵੀ ਹੋ ਰਹੀ ਹੈ ਤੇ ਆਖਰ ਲੰਬੀ ਚਰਚਾ ਮਗਰ ਸੰਯੁਕਤ ਕਿਸਾਨ ਮੋਰਚੇ ਤੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਲੱਖਾਸਧਾਨਾ ਤੇ ਉਸਦੇ ਸਾਥੀਆਂ ਨੂੰ ਕਿਸਾਨ ਅੰਦੋਲਨ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਪਤਾ ਲੱਗਾ ਕਿ ਲੱਖਾਸਧਾਨਾ ਨੂੰ ਮੋਰਚੇ ਨਾਲ ਜੋੜਨ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿੱਚੋਂ ਕਈ ਲੀਡਰ ਗਾਇਕ ਤੇ ਚਿੰਤਕ ਬੀਤੇ ਦਿਨ ਤੋਂ ਸਰਗਰਮ ਸਨ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਦੇ ਮੈਂਬਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਤੇ ਮੋਰਚੇ ਵੱਲੋਂ ਸਧਾਨਾ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਵੇਗਾ ਨੇ ਕਿਹਾ ਕਿ ਉਸਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੀਆਂ ਕਮੀਆਂ ਦੂਰ ਕਰਕੇ ਮੋਚ ਦੀ ਅਗਵਾਈ ਹੇਠ ਚੱਲਣ ਦਾ ਭਰੋਸਾ ਦਿੱਤਾ ਗਿਆ ਤੇ ਕਈ ਗਾਇਕਾਂ ਚਿਤਕਾਂ ਅਤੇ ਕਿਸਾਨ ਆਗੂਆਂ ਦਰਮਿਆਨ ਇਸ ਮੁੱਦੇ ਉੱਪਰ ਚਰਚਾ ਚੱਲ ਰਹੀ ਹੈ। ਪੰਜਾਬ 'ਚ ਮੁਰ ਲੱਗੇਗਾ ਵੀਕਐਂਡ ਲਾਕਡਾਊਨ ਕੈਪਟਨ ਨੇ ਦਿੱਤਾ ਸੰਕੇਤ ਜੀ ਹਾਂ ਦੋਸਤੋ ਪੰਜਾਬ 'ਚ ਕਰੋਨਾ ਦੇ ਵਧ ਰਹੇ ਕੇਸਾਂ ਨੇ ਸਰਕਾਰ ਦੀਆਂ ਫਿਕਰਾਂ ਇੱਕ ਵਾਰ ਵਧਾ ਦਿੱਤੀਆਂ ਨੇ ਇਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਨ ਸਿੰਘ ਖੁਦ ਕਰੋਨਾ ਦੇ ਮਾਮਲੇ ਦੀ ਨਿਗਰਾਨੀ ਕਰ ਰਹੇ ਨੇ ਇਸ ਦੌਰਾਨ ਸੀਐਮ ਕੈਪਟਨ ਅਮਿੰਦਰ ਸਿੰਘ ਨੇ ਸੂਬੇ ਵਿੱਚ ਵੀਕਰ ਲਾਕਡਾਊਨ ਦਾ ਇਸ਼ਾਰਾ ਵੀ ਦੇ ਦਿੱਤਾ ਹੈ ਫਿਲਹਾਲ ਸੂਬੇ ਦੇ 12 ਜ਼ਿਲ੍ਹਿਆਂ ਚ ਨਾਈਟ ਕਰਫਿਊ ਲੱਗਿਆ ਹੋਇਆ ਤੇ ਦੱਸਦੇ ਕਿ ਕੈਪਟਨ ਨੇ ਕਿਹਾ ਕਿ ਸ਼ਨੀਵਾਰ ਨੂੰ ਲੋਕ ਇੱਕ ਦੂਜੇ ਦੇ ਬਿਨ ਦੇ ਸੰਪਰਕ ਵਿੱਚ ਆਉਂਦੇ ਨਹੀਂ ਤਾਂ ਕਰੋਨਾ ਨਾਲ ਲੜਿਆ ਜਾ ਸਕਦਾ ਜੇਕਰ ਲੋਕ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਟੀਕਾ ਲਵਾਉਣ ਅਤੇ ਮਾਸਕ ਪਹਿਨਣ ਕੈਪਟਨ ਨੇ ਸਾਬਤ ਤੌਰ ਤੇ ਇਸ਼ਾਰਾ ਕੀਤਾ ਹੈ ਕਿ ਉਹਨਾਂ ਕੋਲ ਹਫ਼ਤਾਵਾਰੀ ਲਾਕਡਾਊਨ ਦੀ ਆਪਸ਼ਨ ਹੈ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਟੀਕਾ ਲਾਉਣ ਦੀ ਸਲਾਹ ਦਿੱਤੀ ਜਿਸ ਜਿਹਨ ਨਾਲ ਹੀ ਕੈਪਟਨ ਨੇ ਕਿਹਾ ਕਿ ਉਹਨਾਂ ਨੂੰ ਸੂਬੇ ਦੀ ਜਨਤਾ ਤੇ ਸਖਤ ਕਾਰਮ ਚੁੱਕਣਾ ਪਸੰਦ ਨਹੀਂ ਪਰ ਲੋਕਾਂ ਦੀ ਜਾਨ ਬਚਾਉਣਾ ਜ਼ਰੂਰੀ ਹੈ ਸਲੇ ਕੋਰੋਨਾ ਦੇ ਵਾਧੇ ਮਾਰਨੇ ਦੇਖ ਕੈਪਟਨ ਨੇ ਇੱਕ ਵਾਰ ਫਿਰ ਪੰਜਾਬ ਵਿੱਚ ਕਰਫਿਊ ਲਗਾ ਸਕਦੇ ਨੇ 5 ਅਪ੍ਰੈਲ ਤੋਂ ਇੱਕ ਦਹਾਜਨ ਤੋਂ ਵੱਧ ਲੋਕਲ ਗੱਡੀਆਂ ਚਲਾਉਣ ਦਾ ਐਲਾਨ ਉੱਤਰ ਰੇਲਵੇ ਨੇ ਫਰੋਜ਼ਪੁਰ ਮੰਡਲ ਦੇ 5 April ਤੋਂ ਇੱਕ ਦਰਜਨ ਤੋਂ ਵੱਧ ਲੋਕਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ ਜਿਹੜੀਆਂ ਗੱਡੀਆਂ ਚਲਾਈਆਂ ਜਾ ਰਹੀਆਂ ਉਹਨਾਂ ਵਿੱਚ 04641 ਜਲੰਧਰ ਪਠਾਨਕੋਟ 04642 ਪਠਾਨਕੋਟ ਜਲੰਧਰ 04626 ਫਰੋਜ਼ਪੁਰ ਲੁਧਿਆਣਾ 04625 ਫਰੋਜ਼ਪੁਰ ਲੁਧਿਆਣਾ 04627 ਫਾਜ਼ਿਲਕਾ ਫਰੋਜ਼ਪੁਰ ਤੇ 04628 ਫਾਜ਼ਿਲਕਾ ਫਰੋਜ਼ਪੁਰ 04629 ਲੁਧਿਆਣਾ ਲੋਹੀਆ ਖਾਸ ਤੇ 0463 ਲੋਹੀਆ ਖਾਸ ਲੁਧਿਆਣਾ ਇਸ ਤਰ੍ਹਾਂ ਬਠਿੰਡਾ ਫਾਗਲਕਾ ਫਾਗਲਕਾ ਫਰੋਹੇ ਪਰ ਪਠਾਨ ਬੈਨਤ ਗੱਡੀਆਂ ਇਹਨਾਂ ਵਿੱਚ ਸ਼ਾਮਲ ਨੇ ਤੇ ਇਹ ਗੱਡੀਆਂ ਜਿਹੜੀਆਂ 5 ਅਪ੍ਰੈਲ ਤੋਂ ਲੋਕਲ ਗੱਡੀਆਂ ਚਲਾ ਦਿੱਤੀਆਂ ਜਾਣਗੀਆਂ ਮਲੋਟ ਮਾਮਲੇ 'ਚ ਕਿਸਾਨਾਂ ਨੇ ਕੀਤੇ ਪਾਰਚਿਆਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਚੁੱਕਿਆ ਇਹ ਕਦਮ ਜੀਹਾਂ ਦੋਸਤੋਂ ਪਿਛਲੇ ਦਿਨ ਮਲੋਟ ਵਿੱਚ ਬੋਰ ਦੇ ਭਾਜਪਾ ਵਿਧਾਇਕ ਦੀ ਕਟਮਾਰ ਨੂੰ ਲੈ ਕੇ ਕਿਸਾਨਾਂ ਨੇ ਕੀਤੇ ਪਾਰਚਿਆਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਅੱਜ ਮਲੋਟ ਵਿੱਚ ਬਠਿੰਡਾ ਚੌਕ ਵਿਖੇ ਚੌਕ 'ਵਚੇ ਇਕੱਠੇ ਹੋ ਕੇ ਗ੍ਰਿਫਤਾਰੀਆਂ ਦਿੱਤੇ ਗਏਗਾ ਤੇ ਪਿਛਲੇ ਦਿਨੀ ਮਲੋਟ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਪੁਲਿਸ ਵੱਲੋਂ ਕਿਸਾਨਾਂ ਦੇ ਮਾਮਲੇ ਦਰਜ ਕੀਤੇ ਸੀ ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਅੱਜ ਕਿਸਾਨਾਂ ਵੱਲੋਂ ਮਲੋਟ ਦੇ ਚੌਕ ਵਿੱਚ ਇਕੱਠੇ ਹੋ ਕੇ 20 ਦੇ ਕਰੀਬ ਕਿਸਾਨਾਂ ਨੇ ਖੁਦ ਗ੍ਰਿਫਤਾਰੀ ਦਿੱਤੀ ਜਿਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਜੇਲਾਂ ਤੋਂ ਨਹੀਂ ਡਰਨ ਵਾਲੇ ਅਸੀਂ ਕਾਨੂੰਨੀ ਲੜਾਈ ਜਿੱਤ ਕੇ ਰ੍ਹਾਂਗੇ ਤਾ ਦੋਸਤੋ ਇਸ ਇਗੀਆਂ ਆਪਣੀਆਂ ਇਸ ਸਮੇਂ ਦੀਆਂ ਵਡੀਆਂ ਖਬਰਾਂ ਐਸੇ ਨਾਲ ਹੀ ਆਪਣੀਆਂ ਦੋ ਪਹਿਰਤੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੀਆਂ ਨਵੀਆਂ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ